ਤਾਂ ਇਸ ਵੇਲੇ ਦੀ ਵੱਡੀ ਖਬਰ ਮੋਗਾ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਕੋਲਡ ਸਟੋਰ ਦੇ ਵਿੱਚ ਧਮਾਕਾ ਹੋਇਆ ਹੈ। ਕੋਲਡ ਸਟੋਰ ਦੇ ਵਿੱਚ ਐਡਾ ਵੱਡਾ ਧਮਾਕਾ ਹੋਣ ਕਰਕੇ ਸਟੋਰ ਦੀਆਂ ਕੰਧਾਂ ਡਿੱਗ ਪਈਆਂ, ਸਟੋਰ ਦੇ ਵਿੱਚ ਰੱਖੀ ਹੋਈ ਅਮੋਨੀਆ ਗੈਸ ਲੀਕ ਹੋ ਗਈ। ਇਲਾਕੇ ਦੇ ਵਿੱਚ ਲੋਕਾਂ ਦੀ ਜਾਨ ਨੂੰ ਖਤਰਾ ਦੱਸਿਆ ਜਾ ਰਿਹਾ ਹੈ। ਜਿਹੜੇ ਆਲੇ ਦੁਆਲੇ ਘਰ ਬਣੇ ਸੀ ਇਸ ਕੋਲਡ ਸਟੋਰ ਦੇ, ਉਹ ਖਾਲੀ ਕਰਾ ਲਏ ਗਏ ਨੇ। ਪਰ ਵੱਡੀ ਖਬਰ ਹੈ, ਕੋਲਡ ਸਟੋਰ ਦੇ ਵਿੱਚ ਵੱਡਾ ਧਮਾਕਾ ਹੋਇਆ ਹੈ, ਅਮੋਨੀਆ ਗੈਸ ਲੀਕ ਹੋ ਗਈ ਹੈ। ਕੋਲਡ ਸਟੋਰ ਦੇ ਅੰਦਰ ਜਿਹੜੇ ਫਰਿੱਜ ਰੱਖੇ ਹੁੰਦੇ ਨੇ ਉਹਨਾਂ ਅੰਦਰ ਅਮੋਨੀਆ ਗੈਸ ਹੁੰਦੀ ਹੈ, ਜਿਹੜੀ ਧਮਾਕੇ ਦੇ ਕਾਰਨ ਲੀਕ ਹੋ ਗਈ। ਜਿਹੜੇ ਬਚਾਅ ਕਰਮੀ ਨੇ, ਸੁਰੱਖਿਆ ਕਰਮੀ ਨੇ, ਉਹਨਾਂ ਨੂੰ ਵੀ ਅੱਗ 'ਤੇ ਕਾਬੂ ਪਾਉਣ ਲਈ ਕਾਫੀ ਕੋਸ਼ਿਸ਼ਾਂ ਕਰਨੀਆਂ ਪੈ ਰਹੀਆਂ ਨੇ। ਪਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿੱਡਾ ਵੱਡਾ ਹਾਦਸਾ ਹੋਇਆ ਹੈ। ਪੂਰੀ ਕੋਲਡ ਸਟੋਰ ਦੀ ਜਿਹੜੀ ਕੰਧਾਂ ਨੇ ਉਹ ਡਿੱਗ ਗਈਆਂ ਨੇ, ਟੀਨਾ ਡਿੱਗ ਪਈਆਂ ਨੇ, ਬੁਰੀ ਤਰੀਕੇ ਦੇ ਨਾਲ ਨੁਕਸਾਨ ਹੋਇਆ ਹੈ। ਤਾਂ ਮੋਗਾ ਦਾ ਇਹ ਕੋਲਡ ਸਟੋਰ ਜਿਸ ਦੇ ਅੰਦਰ ਧਮਾਕਾ ਹੋਇਆ, ਧਮਾਕੇ ਕਾਰਨ ਕੋਲਡ ਸਟੋਰ ਦੀ ਕੰਧਾਂ ਡਿੱਗ ਪਈਆਂ, ਕੰਧ ਦੇ ਮਲਬੇ ਹੇਠਾਂ ਇੱਕ ਕਾਰ ਵੀ ਆ ਗਈ ਹੈ। ਤਾਂ ਕੋਲਡ ਸਟੋਰ ਦੇ ਵਿੱਚੋਂ ਅਮੋਨੀਆ ਗੈਸ ਲੀਕ ਹੋਣ ਦੀ ਵੀ ਖਬਰ ਸਾਹਮਣੇ ਆ ਰਹੀ ਹੈ। ਰਾਹਤ ਕੰਮ ਦੇ ਵਿੱਚ ਲੱਗੀ ਹੋਈ ਹੈ ਫਾਇਰ ਬ੍ਰਿਗੇਡ ਦੀਆਂ ਟੀਮਾਂ। ਤਾਂ ਕੋਕਿਰੀ ਕਲਾਂ ਮੋਗਾ ਦਾ ਇਹ ਪਿੰਡ ਹੈ, ਜਲਾਲਾਬਾਦ ਰੋਡ ਉੱਤੇ ਪੈਂਦਾ ਹੈ। ਕ੍ਰਿਸ਼ਨ ਕੋਲਡ ਸਟੋਰ ਇਸ ਸਟੋਰ ਦਾ ਨਾਮ ਸੀ ਜਿੱਥੇ ਧਮਾਕਾ ਹੋਇਆ, ਜਿਸ ਤੋਂ ਬਾਅਦ ਅਮੋਨੀਆ ਗੈਸ ਲੀਕ ਹੋਈ ਅਤੇ ਕੰਧਾਂ ਡਿੱਗ ਪਈਆਂ। ਕੰਧਾਂ ਦੇ ਥੱਲੇ ਇੱਕ ਬਰੀਜ਼ਾ ਗੱਡੀ ਵੀ ਹੇਠਾਂ ਆ ਗਈ ਹੈ। ਤਾਂ ਮੌਕੇ 'ਤੇ ਪੱਤਰਕਾਰ ਸਾਥੀ ਮੌਜੂਦ ਨੇ, ਉਹਨਾਂ ਤੋਂ ਵਧੇਰੀ ਜਾਣਕਾਰੀ ਹਾਸਲ ਕਰਦੇ ਹਾਂ ਕਿ ਧਮਾਕੇ ਤੋਂ ਬਾਅਦ ਪੁਲਿਸ ਕਰਮੀਆਂ ਨੇ ਅਤੇ ਸੁਰੱਖਿਆ ਕਰਮੀ ਨੇ ਕਿੰਨਾ ਕੁ ਕਾਬੂ ਪਾ ਲਿਆ। ਕਿਤੇ ਆਓ ਜਾਣਦੇ ਹਾਂ ਦੇ ਵੀ ਇੱਥੇ ਜਿਹੜਾ ਕੋਕਰੀ ਤੋਂ ਜਲਾਲਾਬਾਦ ਰੋਡ 'ਤੇ ਵੀ ਕੋਲਡ ਸਟੋਰ ਆ ਜਿਹੜੀ, ਉਹਦੀ ਗੈਸ ਲੀਕ ਹੋ ਗਈ ਅਤੇ ਬਲਾਸਟ ਹੋ ਗਿਆ ਉੱਥੇ। ਤਾਂ ਅਸੀਂ ਤੁਰੰਤ ਆ ਕੇ ਵੇਖਿਆ ਤਾਂ ਗੈਸ ਬਹੁਤ ਜ਼ਿਆਦਾ ਲੀਕ ਸੀਗੀ ਅਤੇ ਹੁਣ ਵੀ ਲੀਕ ਆ, ਜਿਹੜੀ ਅਸੀਂ ਪਾਣੀ ਮਾਰ ਕੇ ਉਹਨੂੰ ਕੂਲਿੰਗ ਮੈਥਡ ਦੇ ਨਾਲ ਠਾਂ ਕਰ ਰਿਹਾ, ਜਿਹਦੇ ਨਾਲ ਕੋਈ ਜਾਨੀ ਮਾਨੀ ਨੁਕਸਾਨ ਨਾ ਹੋ ਸਕੇ। ਲੋਕਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਨੇੜੇ ਨਾ ਆਓ? ਹਾਂਜੀ, ਅਸੀਂ ਖੁਦ ਹੀ ਉਹਨਾਂ ਨੂੰ ਪਾਸੇ ਕਰ ਰਹੇ ਹਾਂ, ਦੱਸ ਰਹੇ ਹਾਂ ਵੀ ਜੇ ਕੋਈ ਨੇੜੇ ਨਾ ਹੋਵੋ ਵੀ ਇਹ ਗੈਸ ਲੀਕ ਆ, ਕੋਈ ਵੀ ਇਹਦੇ ਨਾਲ ਨੁਕਸਾਨ ਹੋ ਸਕਦਾ, ਅੱਖਾਂ ਦਾ ਨੁਕਸਾਨ ਹੋ ਸਕਦਾ, ਮੌਤ ਹੋ ਸਕਦੀ ਆ, ਦਮ ਘੁੱਟ ਸਕਦਾ ਜੀ ਇਹਦੇ ਨਾਲ। ਅਤੇ ਉਹ ਤਾਂ ਕਰਕੇ ਉਹਨਾਂ ਨੂੰ ਅਸੀਂ ਦੱਸ ਰਹੇ ਹਾਂ ਵੀ ਇਹ ਨੇੜੇ ਨਾ ਹੋਵੋ ਜੀ। ਨੁਕਸਾਨ ਹੋਇਆ? ਨੁਕਸਾਨ ਤਾਂ ਜੀ ਉਹਨਾਂ ਦੇ ਦੱਸਣ ਮੁਤਾਬਕ 50-60 ਹਜ਼ਾਰ ਜਿਹੜਾ ਗੱਟਾ ਆਲੂਆਂ ਦਾ ਵਿੱਚ ਲੱਗਾ ਹੋਇਆ, ਸਾਰਾ ਜਿਹੜਾ ਕੋਲਡ ਸਟੋਰ ਆ ਉਹ ਡਿੱਗ ਚੁੱਕਾ ਜੀ, ਉਹਦਾ ਕੰਧਾਂ ਪਾੜ ਚੁੱਕੀਆਂ। ਉਹਨਾਂ ਦੀ ਕਰੇਟਾ ਗੱਡੀ ਉਹਨਾਂ ਦੀ ਸੀਗੀ, ਉਹ ਵੀ ਥੱਲੇ ਆ ਗਈ ਆ। ਉਹਨੇ ਦੱਸਣ ਮੁਤਾਬਕ ਆ ਜੀ, ਉਹ ਕਹਿੰਦੇ ਅਸੀਂ ਖਾਣਾ ਖਾ ਰਹੇ ਸੀਗੇ ਅਤੇ ਜੀ ਇੱਕਦਮ ਬਲਾਸਟ ਵਾਂਗੂ ਆਵਾਜ਼ ਆਈ ਆ ਅਤੇ ਨਾਲ ਦੀ ਨਾਲ ਹੀ ਸਾਰਾ ਕੁਛ ਡਿੱਗ ਪਿਆ ਜੀ। ਸਾਰੀ ਕੰਧ ਉਸੇ ਕਰਕੇ ਡਿੱਗੀ ਹੈ? ਹਾਂਜੀ ਹਾਂਜੀ, ਉਸੇ ਕਰਕੇ ਡਿੱਗੀ ਹੈ ਜੀ। ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ? ਨਹੀਂ, ਹਜੇ ਤੱਕ ਤਾਂ ਕੋਈ ਨਹੀਂ, ਵੇਖਣ ਦੇ ਵਿੱਚ ਵੀ ਆਇਆ ਸੀ, ਜਾ ਕੇ ਚੈੱਕ ਵੀ ਕੀਤਾ, ਕੋਈ ਸਾਨੂੰ ਹਾਲ ਦੀ ਘੜੀ ਤਾਂ ਕੁਛ ਨਹੀਂ ਦਿਸਿਆ ਇਸ ਤਰ੍ਹਾਂ ਦਾ ਕੋਈ ਜਿਹੜਾ ਹੋਵੇ। ਜਗਦਾਰ ਜੀ, ਹਾਲੇ ਤੱਕ ਗੈਸ ਜਿਹੜੀ ਲੀਕ ਹੋਣਾ ਨਹੀਂ ਹਟ ਰਹੀ, ਹਾਲੇ ਤੱਕ ਵੀ ਖੜਿਆ ਨਹੀਂ ਜਾ ਰਿਹਾ ਇੱਥੇ? ਇਹ ਸਰ ਜੀ ਉਹ ਜਿਹੜਾ ਨਾ ਇਹਦੇ ਵਿੱਚ ਉਹਨਾਂ ਦੇ 3 ਦਿਨਾਂ ਤੋਂ ਉਹਨਾਂ ਦੇ ਦੱਸਣ ਮੁਤਾਬਕ ਆ ਵੀ ਕੋਲਡ ਸਟੋਰ ਬੰਦ ਸੀਗਾ ਅਤੇ ਉਹਦੇ ਜਿਹੜੇ ਵਾਲ ਆ ਉਹ ਤਾਂ ਬੰਦ ਆ, ਜਿਹੜੀਆਂ ਪਾਈਪਾਂ ਦੇ ਵਿੱਚ ਗੈਸ ਆ ਉਹ ਤਾਂ ਉਨਾ ਚਿਰ ਬਾਹਰ ਨਿਕਲੂਗੀ ਜਿੰਨਾ ਚਿਰ ਉਹ ਵਿੱਚ ਆ ਜੀ ਉਹਨਾਂ ਦੇ, ਉਨਾ ਚਿਰ ਅਸੀਂ ਇਹਨੂੰ ਪਾਣੀ ਮਾਰ ਕੇ ਅਤੇ ਠੰਡਾ ਕਰ ਰਹੇ ਹਾਂ। ਹੁਣ ਕਿਸ ਤਰ੍ਹਾਂ ਸਥਿਤੀ ਕੰਟਰੋਲ 'ਚ ਹੈ? ਨਹੀਂ ਹਜੇ ਜਾਣੀ, ਹਜੇ ਤਾਂ ਖਤਰਾ ਹੈਗਾ ਜੀ ਇਹਦਾ, ਕਿਉਂਕਿ ਜਿੰਨਾ ਚਿਰ ਗੈਸ ਲੀਕ ਆ ਉਨਾ ਚਿਰ ਅਸੀਂ ਇੱਥੇ ਹਾਂ, ਉਨਾ ਚਿਰ ਹਜੇ ਜੇ ਕੋਈ ਨੇੜੇ ਹੋਊਗਾ ਤਾਂ ਨੁਕਸਾਨ ਦਾ ਡਰ ਆ ਜੀ। ਇਹ ਸਰ ਪਤਾ ਹੀ ਨਹੀਂ ਲੱਗਾ ਕਿਵੇਂ ਹੋਇਆ, ਇੱਕੋ ਦਾ ਐਵੇਂ ਡਿੱਗ ਪਿਆ ਸੀ ਅੰਦਰ ਬੈਠੇ, ਜਦੋਂ ਬਾਹਰ ਆ ਕੇ ਖੜਕਾ ਹੋਇਆ ਜੋ ਦੇਖਿਆ, ਨੇਰ ਘੋਪੀ ਸੀਗਾ ਸਾਰਾ, ਮਿੱਟੀ ਹੋਈ ਮਿੱਟੀ ਸਾਰਾ ਕੁਛ ਦਿਸਦਾ ਹੀ ਨਹੀਂ ਸੀ ਅਸੀਂ, ਮਗਰ ਦੀ ਫਿਰ ਕੰਧ ਰਾਹੀਂ ਨਿਕਲੇ ਬਾਹਰ ਜੀ ਟੱਪ ਕੇ। ਕਿੰਨੇ ਜਾਣੇ ਸੀ ਅੰਦਰ? ਅੰਦਰ ਇੱਧਰ 4 ਜਾਣੇ ਸੀ, 2 ਜਾਣੇ ਮਗਰ ਸੀ ਫੋਰਮੈਨ ਹੁਣੀ, ਅਤੇ 4 ਜਾਣੇ ਇੱਧਰ ਸੀਗੇ। ਬਚਾਅ ਹੋ ਗਿਆ ਸਾਰਿਆਂ ਦਾ? ਹਾਂਜੀ ਬਚਾਅ ਹੋ ਗਿਆ ਸਾਰਿਆਂ ਦਾ ਜੀ। ਗੈਸ ਅਜੇ ਵੀ ਲੀਕ ਹੋ ਰਹੀ ਹੈ? ਗੈਸ ਵੈਸੇ ਹੀ ਲੀਕ ਹੋ ਗਈ ਆ, ਜਿਹੜੀ ਸੀਗੀ ਵਿੱਚ ਉਹੀ ਲੀਕ ਹੋ ਰਹੀ ਹੈ ਜੀ ਸਟੋਰ। ਬਲਾਸਟ ਹੋਣ ਦਾ ਕਾਰਨ ਕੀ ਰਿਹਾ?
ਇਹ ਸਰ ਪਤਾ ਹੀ ਨਹੀਂ ਲੱਗਾ ਵੀ ਕਿਵੇਂ ਹੋ ਗਿਆ, ਕੀ ਘਟਨਾ ਵਾਪਰੀ ਆ। ਮੋਗਾ ਦੇ ਕੋਕਰੀ ਕਲਾਂ ਜਲਾਲਾਬਾਦ ਰੋਡ ਤੇ ਇੱਕ ਕੋਲਡ ਸਟੋਰ ਦੇ ਵਿੱਚ ਬਲਾਸਟ ਹੋਣ ਤੋਂ ਬਾਅਦ ਅਮੋਨੀਆ ਗੈਸ ਲੀਕ ਹੋਈ ਹੈ। ਤੁਸੀਂ ਦੇਖ ਸਕਦੇ ਹੋ ਤਸਵੀਰਾਂ, ਅਸੀਂ ਇਸ ਟਾਈਮ ਮੌਜੂਦ ਹਾਂ ਕ੍ਰਿਸ਼ਨਾ ਕੋਲਡ ਸਟੋਰ ਦੇ ਬਾਹਰ, ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਕੋਲਡ ਸਟੋਰ ਦੇ ਹਾਲਾਤ ਕੀ ਨੇ। ਕੋਲਡ ਸਟੋਰ ਦੀਆਂ ਦੀਵਾਰਾਂ ਜਿਹੜੀਆਂ ਟੁੱਟ ਚੁੱਕੀਆਂ, ਇੱਕ ਕਿਹਾ ਜਾ ਰਿਹਾ ਕਿ ਬਲਾਸਟ ਹੋਣ ਤੋਂ ਬਾਅਦ ਜਿਹੜਾ ਇੱਥੇ ਅਮੋਨੀਆ ਗੈਸ ਲੀਕ ਹੋਈ ਹੈ, ਕਿਉਂਕਿ ਆਲੂ ਇਹਦੇ ਵਿੱਚ ਸਟੋਰ ਕੀਤੇ ਹੋਏ ਸੀ। ਇਹ ਵੀ ਦੱਸਿਆ ਜਾ ਰਿਹਾ ਕਿ 3 ਦਿਨ ਤੋਂ ਜਿਹੜਾ ਸਟੋਰ ਬੰਦ ਸੀਗਾ, ਲੇਕਿਨ ਅਮੋਨੀਆ ਗੈਸ ਅਜੇ ਵੀ ਲੀਕ ਹੋ ਰਹੀ ਹੈ। ਔਰ ਦੂਜੇ ਪਾਸੇ ਦਮਕਲ ਦੀ ਜਿਹੜੀ ਗਾੜੀਆਂ ਉਹ ਇੱਥੇ ਪਹੁੰਚੀਆਂ ਹੋਈਆਂ ਔਰ ਛਿੜਕਾਅ ਕੀਤਾ ਜਾ ਰਿਹਾ ਉਹਨਾਂ ਵੱਲੋਂ। ਹਾਲਾਂਕਿ ਇਸ ਜਿਹੜੀ ਦੀਵਾਰ ਟੁੱਟੀ ਹੈ, ਦੀਵਾਰ ਦੇ ਥੱਲੇ ਇੱਕ ਬਰੀਜ਼ਾ ਗੱਡੀ ਵੀ ਦੱਸੀ ਜਾ ਰਹੀ ਹੈ ਕਿ ਇੱਕ ਗੱਡੀ ਵੀ ਜਿਹੜੀ ਹੈ ਮਾਲਕ ਦੀ ਉਹ ਵੀ ਥੱਲੇ ਆ ਗਈ ਹੈ। ਔਰ ਲੇਕਿਨ ਜਾਨੀ ਮਾਨੀ ਨੁਕਸਾਨ ਤੋਂ ਹਜੇ ਤਾਈਂ ਬਚਾ ਰਿਹਾ, ਕਿਉਂਕਿ ਜਾਣਕਾਰੀ ਇਹ ਵੀ ਹੈ ਕਿ ਜਦੋਂ ਕੋਲਡ ਸਟੋਰ ਦੇ ਵਿੱਚ ਬਲਾਸਟ ਹੋਇਆ ਉਸ ਦੌਰਾਨ ਅੰਦਰ 3-4 ਲੋਕ ਜਿਹੜੇ ਸੀਗੇ, ਜਦੋਂ ਬਲਾਸਟ ਹੋਇਆ ਤਾਂ ਇੱਕਦਮ ਭੱਜ ਕੇ ਬਾਹਰ ਨਿਕਲੇ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿਸ ਤਰ੍ਹਾਂ ਦੇ ਹਾਲਾਤ ਕੋਲਡ ਸਟੋਰ ਦੇ ਵਿੱਚ ਹੋਏ ਨੇ ਔਰ ਕੀ ਕਿਸ ਤਰ੍ਹਾਂ ਬਲਾਸਟ ਹੋਇਆ। ਔਰ ਬਲਾਸਟ ਤੋਂ ਬਾਅਦ ਜਿਹੜੀ ਹੈ ਐਡੀ ਮੋਟੀਆਂ ਦੀਵਾਰਾਂ ਜਿਹੜੀਆਂ ਉਹ ਵੀ ਟੁੱਟ ਗਈਆਂ ਔਰ ਜਿਹੜੀ ਇੱਕ ਗੱਡੀ ਤੁਸੀਂ ਇਸ ਮਲਬੇ ਦੇ ਥੱਲੇ ਦੇਖ ਰਹੇ ਹੋਵੋਗੇ, ਇੱਕ ਕਰੇਟਾ ਗੱਡੀ ਜਿਹੜੀ ਹੈ ਉਹ ਦੱਸੀ ਜਾ ਰਹੀ ਹੈ ਉਹ ਇਸ ਦੇ ਥੱਲੇ ਆ ਗਈ। ਹਾਲਾਂਕਿ ਗੱਡੀ ਦੇ ਵਿੱਚ ਕੋਈ ਨਹੀਂ ਸੀਗਾ, ਲੇਕਿਨ ਜਿਹੜੀ ਅਮੋਨੀਆ ਗੈਸ ਹੈ ਹਜੇ ਵੀ ਜਿਹੜੀ ਹੈ ਇੱਥੋਂ ਲੀਕ ਆ ਰਹੀ ਹੈ, ਆਵਾਜ਼ ਆ ਰਹੀ ਹੈ। ਅਮੋਨੀਆ ਗੈਸ ਜਿਹੜੀ ਹੈ ਲੀਕ ਬਹੁਤ ਜ਼ਿਆਦਾ ਹੋ ਰਹੀ ਹੈ, ਖੜ੍ਹਨਾ ਵੀ ਇੱਥੇ ਮੁਸ਼ਕਿਲ ਹੈ। ਤੁਸੀਂ ਦੇਖ ਸਕਦੇ ਹੋ ਕਿ ਫਾਇਰ ਬ੍ਰਿਗੇਡ ਦੀ ਗੱਡੀ ਵੀ ਜਿਹੜੀ ਹੈ ਇੱਥੇ ਮੌਜੂਦ ਹੈ, ਇੱਥੇ ਕੁਛ ਲੋਕ ਨੇ ਉਹਨਾਂ ਨਾਲ ਗੱਲ ਕਰ ਲੈਂਦੇ ਨੇ ਕਿ ਕਿਸ ਤਰ੍ਹਾਂ ਹੋਇਆ। ਵੀਰ ਜੀ ਕਿਵੇਂ ਹੋਇਆ ਸਾਰਾ ਹਾਦਸਾ, ਤੁਸੀਂ ਅੰਦਰ ਸੀਗੇ? ਨਹੀਂ ਵੀਰੇ, ਸਾਡਾ ਮਕਾਨ ਆ ਥੋੜ੍ਹੀ ਦੂਰ 10 ਕਿੱਲੇ, ਇੱਥੇ ਧੂੰਆਂ ਰੋਲ ਹੋਇਆ ਜਦੋਂ ਬਲਾਸਟ ਹੋਇਆ ਵਾ, ਧੂੰਆਂ ਰੋਲ ਹੋ ਗਿਆ, ਜਿਹੜੇ ਬੰਦੇ ਸੀ ਵਿੱਚੋਂ ਭੱਜ ਕੇ ਨਿਕਲੇ ਆ ਅਤੇ ਗੱਡੀ ਵੀਰੇ ਵੀਡੀਓ ਨਾ ਬਣਾਈ, ਗੱਡੀ ਡਿੱਗੀ, ਗੱਡੀ ਸੜੀ ਸੀ, ਗੱਡੀ ਦੇ ਉੱਤੇ ਡਿੱਗਿਆ ਸਾਰਾ ਕੁਛ, ਗੱਡੀ ਸਾਹਮਣੇ ਖੜ੍ਹੀ ਆ ਜੀ ਅਤੇ ਕੋਲ ਸਟਾਰ ਜਮ੍ਹਾਂ ਤਬਾਹ ਹੋ ਗਿਆ ਜੀ। ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ? ਜਾਨੀ ਨੁਕਸਾਨ ਕੋਈ ਨਹੀਂ ਹੋਇਆ ਜੀ, ਬੱਚਤ ਹੋ ਗਈ, ਭੱਜ ਕੇ ਕਹਿੰਦਾ ਟੱਪ ਕੇ ਨਿਕਲਿਆ ਜੀ। ਸਾਨੂੰ ਆਪ ਹੀ ਨਹੀਂ ਪਤਾ ਲੱਗਿਆ ਜੀ, ਇੱਕਦਮ ਬਲਾਸਟ ਜਿਹਾ ਹੋਇਆ ਜੀ, ਅਸੀਂ ਆਪ ਬਾਹਰ ਨਿਕਲੇ ਹੋਏ ਭੱਜ ਕੇ। ਉਸ ਤੋਂ ਬਾਅਦ ਕੀ ਹੋਇਆ? ਉਸ ਤੋਂ ਬਾਅਦ ਕੁਛ ਨਹੀਂ ਹੋਇਆ, ਬਾਹਰ ਆ ਗਏ ਬਸ। ਕੰਧਾਂ ਵੀ ਡਿੱਗੀਆਂ? ਹਾਂਜੀ ਹਾਂਜੀ, ਕੰਧਾਂ ਡਿੱਗੀਆਂ ਜੀ, ਕੰਧਾਂ ਡਿੱਗੀਆਂ, ਨੁਕਸਾਨ ਤਾਂ ਬਹੁਤ ਹੋ ਗਿਆ ਜੀ। ਗੈਸ ਲੀਕ ਵੀ ਹੋਈ ਹੈ? ਹਾਂ ਮਾੜੀ ਮੋਟੀ ਗੈਸ ਲੀਕ ਹੈ, ਮਾੜੀ ਮੋਟੀ, ਜ਼ਿਆਦਾ ਨਹੀਂ ਹਟ ਜੂਗੀ। ਮਾੜੀ ਮੋਟੀ ਜਿਹੜੀ ਬਲਾਸਟ ਹੋਈ ਹੈ, ਹੁਣ ਉਹ ਤਾਂ ਲੀਕ ਹੋਊਗੀ ਜੀ, ਹੁਣ ਇਹ ਹੌਲੀ ਹੌਲੀ ਹਟ ਜੂਗੀ, ਇੰਨਾ ਨਹੀਂ ਹੁੰਦਾ। ਕਿੰਨੇ ਬੰਦੇ ਕੰਮ ਕਰ ਰਹੇ? ਅਸੀਂ ਤਾਂ 2 ਹੀ ਹਾਂ ਜੀ।